ਅਸੀਂ ਜੀ ਸਾਡੇ ਪਿੰਡ ਮਮਾਰਾ ਤੋਂ ਇੱਕ ਉਮੀਦਵਾਰ ਸਾਂਝਾ ਪਿੰਡ ਨੇ ਚੁਣਿਆ ਸੀਗਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲਖਵੀਰ ਸਿੰਘ ਜੀ। ਅੱਜ ਉਹਦੇ ਨੋਮੀਨੇਸ਼ਨ ਫਾਰਮ ਭਰਨ ਲਈ SDO ਡਰੇਨਸ ਨਹਿਰਾਂ ਅਤੇ ਕੋਟਕਪੂਰਾ ਰੋਡ 'ਤੇ 2:30 ਵਜੇ ਦੇ ਕਰੀਬ ਆਏ ਸੀ। ਉਸ ਉਮੀਦਵਾਰ ਕੋਲ ਹੱਥ ਚਾਪਦੇ ਜੋ ਨੋਮੀਨੇਸ਼ਨ ਫਾਈਲ ਸੀ ਉਹ ਜਦੋਂ ਦਫ਼ਤਰ 'ਚ ਦਾਖਲ ਹੋਣ ਲੱਗਾ ਤਾਂ ਕੁਝ ਬੰਦੇ ਬਾਹਰਲੇ ਅਣਪਛਾਤੇ ਜਿਨ੍ਹਾਂ ਸਕਾਰਪੀਓ ਗੱਡੀ 'ਤੇ ਸੀ ਉਹਨਾਂ ਨੇ ਉਹਨੂੰ ਘੇਰ ਕੇ ਉਹਦੀ ਫਾਈਲ ਧੱਕੇ ਨਾਲ ਖੋਲ੍ਹੀ ਅਤੇ ਉਹਦੇ ਸਾਹਮਣੇ ਹੀ ਨਾਲ ਜੋ ਨਹਿਰ ਸੀ ਨਹਿਰ ਦੇ ਵਿੱਚ ਤਾਰਤੀ। ਉਸ ਤੋਂ ਬਾਅਦ ਰੌਲਾ ਪੈਣ 'ਤੇ ਉੱਥੇ ਪੁਲਿਸ ਮੁਲਾਜ਼ਮ ਦੀ ਜੋ ਡਿਊਟੀ ਸੀ ਉਹ ਵੀ ਆਇਆ, ਉਹਨੇ ਆ ਕੇ ਨਹਿਰ 'ਚ ਜੋ ਫਾਈਲ ਤਾਰੀ ਉਹਦੀ ਵੀਡੀਓ ਵੀ ਬਣਾਈ ਦੇਖੀ। ਅਤੇ ਮਕਸਦ ਇਹਨਾਂ ਦਾ ਇਹੀ ਸੀਗਾ ਕਿ ਕੋਈ ਆਮ ਬੰਦਾ ਦਹਿਸ਼ ਤੋਂ ਕੱਲ੍ਹ ਤੋਂ ਜਿਹੜੇ 2 ਦਿਨ ਰਹਿੰਦੇ ਕਾਗਜ਼ ਨਾ ਭਰੇ। ਇਸ ਸੰਬੰਧੀ ਅਸੀਂ RO ਸਾਹਿਬ ਨੂੰ ਵੀ ਦੱਸਿਆ ਵੀ ਸਾਡੇ ਨਾਲ ਐਂ ਹੋਈ ਅਤੇ ਪੁਲਿਸ ਸਿਟੀ 1 ਦੇ ਧਿਆਨ 'ਚ ਲਿਆਂਦਾ। SHO ਸਾਹਿਬ ਨੇ ਇੱਕ ਮੁਲਾਜ਼ਮ ਭੇਜਿਆ ਸੀ ਉੱਥੇ ਅਤੇ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਅਤੇ ਅਸੀਂ ਇਹ ਹੀ ਉਮੀਦ ਕਰਦੇ ਹਾਂ ਖਾਸ ਕਰਕੇ SSP ਸਾਹਿਬ ਤੋਂ ਕਿ ਜਿਹੜੇ 4 ਤਰੀਕ ਨੂੰ ਨੋਮੀਨੇਸ਼ਨ ਭਰਨੇ ਉਹਦੇ ਲਈ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਕਿ ਕੋਈ ਬੰਦਾ ਦਹਿਸ਼ ਤੋਂ ਬਿਨਾਂ ਸੌਖੇ ਮਾਹੌਲ 'ਚ ਕਾਗਜ਼ ਆਪਦੇ ਭਰ ਸਕੇ। ਜੋ ਇਹ ਦਹਿਸ਼ ਦਾ ਮਾਹੌਲ ਬਣਾਉਣ ਦਾ ਖਦਸ਼ਾ ਉਹ ਪੈਦਾ ਕਿ ਹੋਰ ਉਮੀਦਵਾਰ ਵੀ ਕਾਗਜ਼ ਨਾ ਭਰਨ, ਕਿਉਂਕਿ ਆਮ ਪਾਰਟੀ ਵਾਲੇ ਆਪਦੇ ਕੈਂਡੀਡੇਟ ਨਾ ਜਿੱਤਦੇ ਵੇਖੇ ਬਖਲਾਟ, ਇਹ ਬਖਲਾਟ ਦਾ ਨਤੀਜਾ ਸਪਸ਼ਟ ਹੋ ਗਿਆ। ਅੱਜ ਮੁਲਾਜ਼ਮ ਵੀ ਹੈਰਾਨ ਰਹਿ ਗਏ ਵੀ ਆ ਸ਼ਰੇਆਮ ਇੱਕ ਸ਼ਰੀਫ ਬੰਦੇ ਨਾਲ ਧੱਕਾ ਹੋਇਆ। ਹਾਂਜੀ, ਅਸੀਂ ਨੋਮੀਨੇਸ਼ਨ RO ਸਾਹਿਬ ਦੇ ਧਿਆਨ 'ਚ ਲਿਆਂਦਾ, ਦੁਬਾਰਾ ਤਿਆਰ ਕਰ ਲਾਂਗੇ ਜੀ। ਅੱਜ ਮਿਹਨਤ ਕਰਕੇ ਉਹਨਾਂ ਨੇ ਸਾਰੇ NOC ਲਏ ਸੀ, ਅੱਗੇ ਹੀ ਲੈਣੇ ਬਹੁਤ ਔਖੇ ਆ ਪਤਾ ਹੀ ਆ, ਅਤੇ ਪਰ ਅਸੀਂ ਕੁਛ ਦੁਬਾਰਾ ਲੈ ਕੇ ਦੁਬਾਰਾ ਤਿਆਰ ਕਰਕੇ ਫਿਰ ਭਰਾਂਗੇ। ਮੇਰਾ ਨਾਂ ਗੁਰਮੇਲ ਸਿੰਘ ਹੈ ਜੀ, ਪਿੰਡ ਮਮਾਰਾ। ਲਖਵੀਰ ਸਿੰਘ ਦੇ ਅਸੀਂ ਕਾਗਜ਼ ਸਰਪੰਚੀ ਦੇ ਭਰਨ ਆਏ ਸੀ ਅਤੇ ਜਦੋਂ ਨਹਿਰ ਕਲੋਨੀ ਨਹਿਰ ਦੇ ਉੱਤੇ ਜਦੋਂ ਅੰਦਰ ਦਾਖਲ ਹੋਏ ਤਾਂ ਇੱਥੋਂ ਅਣਪਛਾਤੇ ਬੰਦਿਆਂ ਨੇ ਕਾਗਜ਼ ਦੇ ਖੋਹ ਕੇ ਭੱਜ ਗਏ, ਪਿੱਛੇ ਜਾ ਕੇ ਨਹਿਰ 'ਚ ਪੜ ਕੇ ਸੜਤੇ। ਮੈਂ ਕਾਗਜ਼ ਭਰਨ ਆਇਆ ਸੀ ਇੱਥੇ, ਮੈਂ ਕਦੋਂ ਖੜਾ ਆ ਕੇ ਇੱਧਰੋਂ ਅਣਪਛਾਤੇ 8-10 ਜਣੇ ਆਏ, ਮੈਥੋਂ ਮੋਬਾਇਲ ਕਾ ਖੋਹ ਕੇ ਕਾਗਜ਼ ਪੱਤਰ ਪਾ ਲਿਫਾਫਾ ਇਹਨੂੰ ਭੱਜ ਕੇ ਜਾ ਕੇ ਉੱਥੇ ਪਾੜ ਕੇ ਨਹਿਰ ਸੱਟ ਕੇ ਗੱਡੀ ਵਜਾ ਕੇ ਲੈ ਗਏ। ਕੀ ਕਹਿੰਦੇ? ਅੱਗੋਂ ਦਾਬੇ ਮਾਰਦੇ ਆਉਂਦੇ ਅਸੀਂ ਐਂ ਕਰਦੇ ਜਾਂ ਐਂ ਕਰਦੇ। ਕਿਹੜੀ ਪਾਰਟੀ ਵੱਲੋਂ ਭਰਨਾ? ਅਸੀਂ ਯਾਦ ਸੀ ਕਿਸੇ ਪਾਰਟੀ ਨਾਲ ਸਮਝਦੇ ਦੱਸਦੇ।